हाँ जी सत श्री अकाल जी सारयां नूं। अज दी इस वीडियो विच असीं गल करांगे सिख इतिहास दे महान शहीद बाबा तरा सिंह वाह दी। सो उहनां दी शहादत दी गल करन तों पहलां आओ आपां थोड़ी जी सिख इतिहास दी पिछा झात मारदे हां। 9 जून 1716 नूं बाबा बंदा सिंह बहादुर दी गोद विच उहनां दे पुत्तर नूं कतल कर दित्ता जांदा है। उस तों बाद बाबा बंदा सिंह बहादुर दी शहादत हुंदी है। बाबा बंदा सिंह बहादुर शहादत तो बाद सिखां उपर जुल्म दी हनेरी चुल्ली ओ सी जदों के मुगलां वल्लों ए हुकम जारी कर दिता गया के इत्थे वी गुरु नानक नूं मन्नण वाला सिख मिलदा है उस नूं कतल कर दिता जावे। सिखां दे शिकार खेदे जाण लगे। सिखां दी छूह देण वाले नूं उस समें 10 रुपए ते सिर वध के लिआउण वाले नूं 80 रुपए दित्ते जाण लगे। 1726 ਵਿੱਚ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਬਣਦਾ ਹੈ। ਜ਼ਕਰੀਆ ਖਾਨ ਸਿੱਖਾਂ ਦੇ ਵੈਰੀਆਂ ਵਿੱਚੋਂ ਪਹਿਲੇ ਨੰਬਰ ਤੇ ਸੀ। ਇਸੇ ਹੀ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਤੇ ਭਾਈ ਸਾਹਿਬ ਬਾਜ ਸਿੰਘ ਨੂੰ ਚਰਖੜੀਆਂ ਤੇ ਚੜਾਇਆ ਸੀ ਤੇ ਇਸੇ ਹੀ ਜ਼ਕਰੀਆ ਖਾਨ ਦੇ ਵੇਲੇ ਭਾਈ ਤਾਰੂ ਸਿੰਘ ਦਾ ਖੋਪਰ ਵੀ ਲਵਾਇਆ ਗਿਆ ਸੀ। ਜ਼ਕਰੀਆ ਖਾਨ ਏਡਾ ਜ਼ਾਲਮ ਸੀ ਕਿ ਜਿੱਥੇ ਵੀ ਇਹਨੂੰ ਪਤਾ ਚੱਲਦਾ ਕਿ ਕੋਈ ਸਿੱਖ ਰਹਿੰਦਾ ਹੈ ਤਾਂ ਇਹ ਉਸੇ ਵੇਲੇ ਹੀ ਚੜਾਈ ਕਰ ਦਿੰਦਾ ਸੀ। ਇਸ ਦੇ ਵੇਲੇ ਹੀ ਸਿੱਖਾਂ ਦੀਆਂ ਖੋਪਰੀਆਂ ਲੱਥੀਆਂ ਸਨ ਤੇ ਸਿੱਖਾਂ ਨੂੰ ਚਰਖੜੀਆਂ ਤੇ ਚੜਾਇਆ ਗਿਆ ਸੀ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ। ਜ਼ਕਰੀਆ ਖਾਨ ਨੇ ਉਸ ਵੇਲੇ ਇਹ ਵੀ ਖੋਲ ਦੇ ਦਿੱਤੀ ਕਿ ਜਿੱਥੇ ਵੀ ਕੋਈ ਸਿੱਖ ਧਰਮ ਦੀ ਪਾਲਣਾ ਕਰਦਾ ਮਿਲਦਾ ਹੈ ਉਸ ਉੱਪਰ ਜੋ ਵੀ ਜ਼ੁਲਮ ਕਰੇਗਾ ਉਹ ਉਸ ਨੂੰ ਮਾਫ਼ ਹੋ। ਸੋ ਇਹ ਸੀ ਜ਼ਕਰੀਆ ਖਾਨ ਦੀ ਪਾਪੀ ਬਿਰਤੀ। ਸੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਹੀ ਸੋਚ ਰੱਖਣ ਵਾਲੇ ਸਾਹਿਬ ਰਾਏ ਦੀ। ਸੋ ਇਹ ਕੀ ਕਰਦਾ ਸੀ ਕਿ ਜਿਹੜੀ ਖੇਤੀ ਸਿੱਖ ਕਰਦੇ ਸਨ ਇਹ ਆਪਣੀਆਂ ਘੋੜੀਆਂ ਨੂੰ ਜ਼ਬਰਦਸਤੀ ਸਿੱਖਾਂ ਦੇ ਖੇਤਾਂ ਵਿੱਚ ਚੜ੍ਹਨ ਲਈ ਸੱਦ ਦਿੰਦਾ। ਸਾਹਿਬ ਰਾਏ ਨੂੰ ਕਈ ਵਾਰ ਸਿੱਖਾਂ ਨੇ ਸੁਨੇਹੇ ਭੇਜੇ ਕਿ ਇਹ ਸਾਡੀਆਂ ਫਸਲਾਂ ਉਜਾੜ ਦਿੰਦੀਆਂ ਹਨ, ਇਹਨਾਂ ਨੂੰ ਇਸ ਪਾਸੇ ਨਾ ਭੇਜਿਆ ਕਰੋ, ਪਰ ਉਹ ਨਾ ਮੰਨਿਆ। ਜਦੋਂ ਕੁਝ ਸਿੱਖ ਇਕੱਠੇ ਹੋ ਕੇ ਸਾਹਿਬ ਰਾਏ ਕੋਲ ਗਏ ਕਿ ਤੁਸੀਂ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ, ਤਾਂ ਸਾਹਿਬ ਰਾਏ ਕਹਿੰਦਾ ਕਿ ਇਹਨਾਂ ਘੋੜੀਆਂ ਨੂੰ ਬੰਨਣਾ ਤਾਂ ਮੈਂ ਵੀ ਚਾਹੁੰਦਾ ਹਾਂ, ਪਰ ਮੇਰੇ ਕੋਲ ਇਹਨਾਂ ਘੋੜੀਆਂ ਨੂੰ ਬੰਨਣ ਲਈ ਰੱਸੇ ਨਹੀਂ ਹਨ। ਸਿੱਖ ਆਖਣ ਲੱਗੇ, ਰੱਸੇ ਅਸੀਂ ਦੇ ਦੇਵਾਂਗੇ, ਤੁਸੀਂ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖੋ। ਪਰ ਜੋ ਸਾਹਿਬ ਰਾਏ ਨੇ ਕਿਹਾ ਨਾ ਉਹ ਬੋਲ ਸਿੱਖਾਂ ਕੋਲ ਜਰੇ ਨਾ ਗਏ। ਚੌਧਰੀ ਕਹਿੰਦਾ ਮੈਂ ਸਿੱਖਾਂ ਦੇ ਕੇਸਾਂ ਨੂੰ ਕੱਢ ਕੇ ਇਹਨਾਂ ਦੇ ਰੱਸੇ ਬਣਾ ਕੇ ਇਹਨਾਂ ਘੋੜੀਆਂ ਨੂੰ ਬੰਨਾਂਗਾ, ਪਰ ਅਜੇ ਇੰਨੇ ਸਿੱਖ ਚੰਗੀ ਤਰ੍ਹਾਂ ਵਸੇ ਨਹੀਂ ਹਨ ਕਿ ਇਹਨਾਂ ਦੇ ਕੇਸਾਂ ਦੇ ਰੱਸੇ ਬਣਾ ਸਕਾਂ। ਕੁਝ ਸਿੱਖ ਇਕੱਠੇ ਹੋਏ ਤੇ ਭੂਸੇ ਪਿੰਡ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਭਾਈ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਇਹ ਸਾਰੀ ਗੱਲ ਦੱਸਦੇ ਹਨ। ਉਹਨਾਂ ਗੁਰੂ ਕੇ ਸਿੱਖਾਂ ਨੇ ਕੀ ਕੀਤਾ ਕਿ ਉਹ ਘੋੜੀਆਂ ਖੋਈਆਂ ਚੋਰੀ ਨਹੀਂ ਕੀਤੀਆਂ, ਉਹਨਾਂ ਘੋੜੀਆਂ ਨੂੰ ਖੋ ਕੇ ਘਰਿਆਲੇ ਦੇ ਸਰਦਾਰ ਲਖਮੀਰ ਸਿੰਘ ਕੋਲ ਵੇਚ ਦਿੱਤੀਆਂ। ਸਰਦਾਰ ਲਖਮੀਰ ਸਿੰਘ ਨੇ ਇਹੀ ਘੋੜੀਆਂ ਅੱਗੇ ਪਟਿਆਲਾ ਦੇ ਬਾਬਾ ਆਲਾ ਸਿੰਘ ਕੋਲ ਵੇਚ ਦਿੱਤੀਆਂ ਤੇ ਜੋ ਪੈਸੇ ਸਨ ਉਹ ਲਿਆ ਕੇ ਸਰਦਾਰ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੇ। ਸੋ ਕੌਣ ਸਨ ਸਰਦਾਰ ਤਾਰਾ ਸਿੰਘ ਵਾਂ? ਆਓ ਇਹਨਾਂ ਦੀ ਗੱਲ ਕਰਦੇ ਹਾਂ। ਸਰਦਾਰ ਤਾਰਾ ਸਿੰਘ ਵਾਂ ਦਾ ਜਨਮ 1702 ਵਿੱਚ ਪਿੰਡ ਵਾਂ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ। ਭਾਈ ਤਾਰਾ ਸਿੰਘ ਵਾਂ ਨੇ ਆਪਣੇ ਖੇਤਾਂ ਵਿੱਚ ਇੱਕ ਵਾੜਾ ਬਣਾਇਆ ਹੋਇਆ ਹੈ ਜਿਸ ਵਿੱਚ ਸ਼ਸਤਰਾਂ ਦੀ ਵਿਦਿਆ, ਹਥਿਆਰ ਚਲਾਉਣ ਦੀ ਵਿਦਿਆ ਦਿੱਤੀ ਜਾਂਦੀ ਹੈ। ਇਹ ਜੋ ਸਿੱਖ ਬਾਹਰ ਜੰਗਲਾਂ ਵਿੱਚ ਰਹਿੰਦੇ ਹਨ ਉਹਨਾਂ ਦੇ ਵਿਸ਼ਰਾਮ ਵਾਸਤੇ ਇਹ ਵਾੜਾ ਬਣਾਇਆ ਹੋਇਆ ਹੈ। ਇੱਥੇ ਗੁਰੂ ਕਾ ਲੰਗਰ ਵੀ ਨਾਲ ਹੀ ਚੱਲਦਾ ਹੈ। ਸਿੱਖ ਆਉਂਦੇ ਤੇ ਵਿਸ਼ਰਾਮ ਕਰਦੇ ਤੇ ਗੁਰੂ ਕਾ ਲੰਗਰ ਛਕਦੇ। ਸੋ ਇਸ ਲੰਗਰ ਵਿੱਚ ਉਹ ਸਾਰੀ ਮਾਇਆ ਪਾ ਦਿੱਤੀ ਗਈ। ਜਦੋਂ ਸਾਹਿਬ ਰਾਏ ਨੂੰ ਪਤਾ ਲੱਗਾ ਕਿ ਉਸ ਦੀਆਂ ਘੋੜੀਆਂ ਖੋ ਕੇ ਵੇਚ ਦਿੱਤੀਆਂ ਹਨ, ਉਹ ਸਿੱਧਾ ਆਇਆ ਭਾਈ ਤਾਰਾ ਸਿੰਘ ਵਾਂ ਦੇ ਕੋਲ ਤੇ ਕਹਿੰਦਾ ਕਿ ਜਿਨ੍ਹਾਂ ਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ ਉਹ ਚੋਰ ਤੇਰੇ ਕੋਲ ਹਨ, ਹਾਲਾਂਕਿ ਘੋੜੀਆਂ ਚੋਰੀ ਨਹੀਂ ਕੀਤੀਆਂ, ਖੋਈਆਂ ਸਨ। ਸਾਹਿਬ ਰਾਏ ਨੇ ਸਿੱਖਾਂ ਨੂੰ ਮਾਰੇ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ ਜੋ ਸਿੱਖਾਂ ਕੋਲ ਨਾ ਬਰਦਾਸ਼ਤ ਹੋਏ। ਸਿੱਖਾਂ ਨੇ ਚੌਧਰੀ ਦੀ ਮੁਰੰਮਤ ਕੀਤੀ, ਚੌਧਰੀ ਆਪਣੀ ਜਾਨ ਬਚਾ ਕੇ ਭੱਜ ਗਿਆ। ਉਹ ਸਿੱਧਾ ਗਿਆ ਪੱਤੀ ਦੇ ਹਾਕਮ
जाफर बेलकोल ते कहिंदा के तारा सिंह ने अपनी वक्री हुकूमत स्थापित करन दा निश्चा कर लिया है। ਤਾਂ ਜਾਫਰ ਬੇਗ ਕਹਿੰਦਾ ਕੀ ਸਬੂਤ ਹੈ ਤਾਂ ਸਾਹਿਬ ਰਾਏ ਕਹਿਣ ਲੱਗਾ ਮੈਂ ਪਿੰਡਾਂ ਵਿੱਚ ਮਾਮਲਾ ਲੈਣ ਵਾਸਤੇ ਗਿਆ ਸੀ ਪਰ ਉਹ ਕਹਿੰਦੇ ਮਾਮਲਾ ਸਾਰਾ ਤਾਰਾ ਸਿੰਘ ਲੈ ਗਿਆ। ਉਸ ਤੋਂ ਬਾਅਦ ਪਤੀ ਦਾ ਚੌਧਰੀ ਜਾਫਰ ਬੇਗ ਤੇ ਨਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਰਦਾਰ ਤਾਰਾ ਸਿੰਘ ਵਾਂਗ ਹਮਲਾ ਕਰਨ ਵਾਸਤੇ ਆਪਣੀਆਂ ਫੌਜਾਂ ਲੈ ਕੇ ਤੁਰ ਪਏ। ਜਦੋਂ ਸਵੇਰੇ ਅੰਮ੍ਰਿਤ ਵੇਲੇ ਪਹੁੰਚੇ ਇਹਨਾਂ ਸੋਚਿਆ ਕਿ ਸਿੱਖ ਸੁੱਤੇ ਹੋਣਗੇ ਅਸੀਂ ਇਹਨਾਂ ਉੱਤੇ ਹਮਲਾ ਕਰਕੇ ਵਾਪਸ ਪਲਟ ਆਵਾਂਗੇ। ਪਰ ਉਸ ਵੇਲੇ ਸਰਦਾਰ ਬਗੇਲ ਸਿੰਘ ਆਪਣੇ ਕਿਰਿਆਕ੍ਰਮ ਸੋਧਣ ਲਈ ਬਾਹਰ ਆਇਆ ਹੋਇਆ ਸੀ। ਇੱਕ ਹੱਥ ਵਿੱਚ ਨੇਜਾ ਤੇ ਇੱਕ ਹੱਥ ਵਿੱਚ ਗਰਵਾ ਫੜਿਆ ਹੋਇਆ ਸੀ। ਸਰਦਾਰ ਬਗੇਲ ਸਿੰਘ ਨੇ ਘੋੜਿਆਂ ਦੀਆਂ ਪੈਰਾਂ ਦੀਆਂ ਆਵਾਜ਼ਾਂ ਸੁਣੀਆਂ। ਸਰਦਾਰ ਬਗੇਲ ਸਿੰਘ ਸਮਝ ਗਏ ਕਿ ਫੌਜਾਂ ਹਮਲਾ ਕਰਨ ਵਾਸਤੇ ਆ ਰਹੀਆਂ ਹਨ। ਸਰਦਾਰ ਬਗੇਲ ਸਿੰਘ ਨੇ ਸੋਚਿਆ ਕਿ ਮੈਂ ਛੇਤੀ ਜਾ ਕੇ ਬਾਰੇ ਵਿੱਚ ਖਬਰ ਦੇ ਦੇਣਾ ਕਿ ਮੁਗਲ ਇਸ ਵਾਰੇ ਤੇ ਹਮਲਾ ਕਰਨ ਆ ਰਹੀ ਹੈ। ਪਰ ਉਸ ਵੇਲੇ ਸਿੱਖ ਨੇ ਸੋਚਿਆ ਕਿ ਜੇ ਮੈਂ ਖਬਰ ਕਰਨ ਪਿੱਛੇ ਗਿਆ ਤਾਂ ਕਿਤੇ ਸਿੱਖ ਕਹਿਣ ਨਾ ਕਿ ਦਰਦਾ ਮਾਰਾ ਜੰਗ ਤੋਂ ਸਾਨੂੰ ਲੈਣ ਆ ਗਿਆ। ਕਹਿੰਦਾ ਕਿ ਮੇਰਾ ਫਰਜ਼ ਬਣਦਾ ਹੈ ਕਿ ਮੈਂ ਦੁਸ਼ਮਣ ਨਾਲ ਜੂਝਾਂ। ਜਦੋਂ ਮੈਂ ਦੁਸ਼ਮਣ ਨਾਲ ਜੂਝਾਂਗਾ ਤਾਂ ਤੇਗਾਂ ਖੜਕਣ ਦੀ ਆਵਾਜ਼ ਆਵੇਗੀ ਤਾਂ ਉਸ ਵੇਲੇ ਸਿੱਖਾਂ ਨੂੰ ਪਤਾ ਲੱਗ ਜਾਵੇਗਾ। ਸਰਦਾਰ ਬਗੇਲ ਸਿੰਘ ਵਾਪਸ ਨਹੀਂ ਗਿਆ। ਗੁਰੂ ਕੇ ਸਿੱਖ ਇਕੱਲੇ ਨੇ ਮੋਰਚਾ ਲਾ ਦਿੱਤਾ। ਉਹ 50 ਸਿਪਾਹੀ ਲੈ ਕੇ ਆਏ ਸੀ। ਇੱਕ ਗੋਲੀ ਸਰਦਾਰ ਬਗੇਲ ਸਿੰਘ ਦੇ ਪੱਤ ਤੇ ਲੱਗੀ ਪਰ ਫਿਰ ਵੀ ਉਹ ਨੇਜੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ। ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਅੰਦਰੋਂ ਸਿੰਘ ਵੀ ਵਾਰੇ ਵਿੱਚੋਂ ਬਾਹਰ ਆ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਹ ਆਪਣੀਆਂ ਫੌਜਾਂ ਲੈ ਕੇ ਭੱਜ ਗਏ ਪਰ ਜਾਂਦੇ ਇੱਕ ਗੋਲੀ ਮਾਰੀ ਜੋ ਸਰਦਾਰ ਬਗੇਲ ਸਿੰਘ ਦੇ ਜਿਸਮ ਨੂੰ ਚੀਰਦੀ ਹੋਈ ਨਿਕਲ ਗਈ। ਸਰਦਾਰ ਬਗੇਲ ਸਿੰਘ ਇਸ ਵਾਰੇ ਦੀ ਘਟਨਾ ਦਾ ਪਹਿਲਾ ਸ਼ਹੀਦ ਹੋ ਨਿਬੜਿਆ। ਜਿੱਥੇ ਸਰਦਾਰ ਬਗੇਲ ਸਿੰਘ ਸ਼ਹੀਦ ਹੋਏ ਸਨ ਅੱਜ ਉਸ ਥਾਂ ਉੱਤੇ ਗੁਰਦੁਆਰਾ ਸਾਹਿਬ ਸਥਿਤ ਹੈ। ਇਸ ਝੜਪ ਵਿੱਚ ਪੱਟੀ ਦੇ ਚੌਧਰੀ ਜਾਫਰ ਬੇਗ ਦਾ ਭਤੀਜਾ ਵੀ ਮਾਰਿਆ ਗਿਆ। ਆਪਣੇ ਭਤੀਜੇ ਦੀ ਲਾਸ਼ ਨੂੰ ਲੈ ਕੇ ਇਹ ਜ਼ਕਰੀਆ ਖਾਨ ਕੋਲ ਗਿਆ ਤੇ ਕਹਿੰਦਾ ਆ ਵੇਖੋ ਤਾਰਾ ਸਿੰਘ ਨੇ ਇਸ ਦੇਸ਼ ਵਿੱਚ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ। ਮੈਂ ਉਸਨੂੰ ਰੋਕਣ ਵਾਸਤੇ ਗਿਆ ਸੀ। ਉਸਨੇ ਮੇਰੇ 40 ਸਿਪਾਹੀ ਕਤਲ ਕਰ ਦਿੱਤੇ। ਇਹਦਾ ਭਤੀਜਾ ਵੀ ਮਾਰਿਆ ਗਿਆ। ਜ਼ਕਰੀਆ ਖਾਨ ਨੇ ਜਹਾਦ ਦਾ ਨਾਰਾ ਲਾ ਕੇ ਫੌਜਾਂ ਇਕੱਠੀਆਂ ਕੀਤੀਆਂ ਤੇ ਮੋਮਨ ਖਾਨ ਤੇ ਤੱਗੀ ਬੇਗ ਨੂੰ 2200 ਸਵਾਰ ਤੇ ਕੁਝ ਹਾਥੀ ਦੇ ਕੇ ਭੇਜਦਾ ਹੈ ਤੇ ਕਹਿੰਦਾ ਹੈ ਕਿ ਤਾਰਾ ਸਿੰਘ ਤੇ ਉਸਦੇ ਸਾਥੀਆਂ ਨੂੰ ਜਿਉਂਦਾ ਫੜ ਕੇ ਲਿਆਓ। ਜਦੋਂ ਇੱਕ ਗੁਰੂ ਕੇ ਸਿੱਖ ਭਾਈ ਹਜੂਰਾ ਸਿੰਘ ਨੂੰ ਪਤਾ ਚੱਲਦਾ ਹੈ ਕਿ ਫੌਜਾਂ ਹਮਲਾ ਕਰਨ ਵਾਸਤੇ ਤਾਰਾ ਸਿੰਘ ਦੇ ਬਾਰੇ ਵਿੱਚ ਜਾ ਰਹੀਆਂ ਹਨ, ਉਹ ਭਾਈ ਹਜੂਰਾ ਸਿੰਘ ਰਾਤ ਤੋਂ ਰਾਤ ਸਫ਼ਰ ਤੈਅ ਕਰਦਾ ਹੋਇਆ ਸਰਦਾਰ ਤਾਰਾ ਸਿੰਘ ਕੋਲ ਆਉਂਦਾ ਹੈ ਤੇ ਆ ਕੇ ਤਾਰਾ ਸਿੰਘ ਵਾਹ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਕੁਝ ਸਮੇਂ ਵਾਸਤੇ ਇੱਥੋਂ ਚਲੇ ਜਾਓ ਤਾਂ ਫੌਜ ਆਵੇਗੀ, ਖਾਲੀ ਵਾਰਾ ਵੇਖ ਕੇ ਮੁੜ ਜਾਵੇਗੀ। ਭਾਈ ਤਾਰਾ ਸਿੰਘ ਦਾ ਜਵਾਬ ਸੀ, ਹਜੂਰਾ ਸਿੰਘ ਮੈਂ ਤੇਰਾ ਅਹਿਸਾਨ ਮੰਦ ਹਾਂ, ਤੂੰ ਸਾਨੂੰ ਖਬਰ ਦੇਣ ਵਾਸਤੇ ਆਇਆ ਹੈ, ਪਰ ਹਜੂਰਾ ਸਿੰਘ ਸੱਚ ਜਾਣੀ ਹੈ, ਉਸ ਗੁਰੂ ਕਾ ਸਿੱਖ ਹਾਂ ਜਿਸ ਦੀ ਬਾਣੀ ਵਿੱਚ ਕਿਹਾ ਹੈ ਚੋਰ ਕੀ ਹਾਮਾ ਭਰੇ ਨਾ ਕੋਏ। ਇਹ ਮੈਂ ਅੱਜ ਫੌਜ ਤੋਂ ਦਰਦਾ ਇਸ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਿਆ ਤਾਂ ਆਉਣ ਵਾਲੀ ਪੀੜ੍ਹੀ ਕਹੇਗੀ ਕਿ ਸੱਚਮੁੱਚ ਭਾਈ ਤਾਰਾ ਸਿੰਘ ਤੇ ਸਿੱਖਾਂ ਨੇ ਘੋੜੀਆਂ ਚੋਰੀ ਕੀਤੀਆਂ ਹੋਣਗੀਆਂ। ਮੈਂ ਆਪਣੀ ਕੌਮ ਦੇ ਮੱਥੇ ਤੇ ਕਲੰਕ ਨਹੀਂ ਲੱਗਣ ਦੇਣਾ। ਮੈਂ ਫੈਸਲਾ ਕਰ ਚੁੱਕਾ ਹਾਂ ਕਿ ਮੈਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਵਾਂਗਾ। ਇੱਕ ਪਾਸੇ ਸਰਦਾਰ ਤਾਰਾ ਸਿੰਘ ਵਾਹ ਤੇ ਦੂਸਰੇ ਪਾਸੇ ਤੱਕੀ ਬੇਗ ਤੇ ਮੋਮਨ ਖਾਂ। ਸਰਦਾਰ ਤਾਰਾ ਸਿੰਘ ਗੁਰੂ ਕਾ ਆਸਰਾ ਲੈ ਕੇ ਆ ਰਿਹਾ ਹੈ। ਤੱਕੀ ਬੇਗ ਮੈਦਾਨੇ ਜੰਗ ਵਿੱਚ ਆਉਣ ਤੋਂ ਪਹਿਲਾਂ ਸਾਰਾ ਲੋਹੇ ਦੇ ਵਿੱਚ ਮਰਿਆ ਹੋਇਆ। ਜੰਗ ਸ਼ੁਰੂ ਹੁੰਦਾ ਹੈ ਪਰ ਸਰਦਾਰ ਤਾਰਾ ਸਿੰਘ ਨੂੰ ਤੱਕੀ ਬੇਗ ਦੇ ਉੱਪਰ ਵਾਰ ਕਰਨ ਲਈ ਕੋਈ ਜਗ੍ਹਾ ਨਹੀਂ ਲੱਭ ਰਹੀ ਕਿਉਂਕਿ ਉਹ ਸਾਰਾ ਲੋਹੇ ਨਾਲ ਮਰਿਆ ਹੋਇਆ ਹੈ। ਪਰ ਸਰਦਾਰ ਤਾਰਾ ਸਿੰਘ ਨੇ ਇੱਕ ਵਾਰ ਤੱਕੀ ਬੇਗ ਦੇ ਮੂੰਹ ਤੇ ਕੀਤਾ ਤੇ ਤੱਕੀ ਬੇਗ ਦੇ ਮੂੰਹ ਵਿੱਚੋਂ ਜਦੋਂ ਬਲਸ਼ਾ ਬਾਹਰ ਕੱਢਿਆ ਤਾਂ ਮੂੰਹ ਵਿੱਚੋਂ ਖੂਨ ਦਾ ਫੁਹਾਰਾ ਵਗ ਪਿਆ। ਤੱਕੀ ਬੇਗ ਦਲ ਦਾ ਪਛਾਣ ਚਲਾ ਗਿਆ ਤਾਂ ਮੋਮਨ ਖਾਨ ਨੇ ਮਜ਼ਾਕ ਕੀਤਾ, ਤੱਕੀ ਬੇਗ ਤੁਸੀਂ ਪੰਚ ਮਾਰੇ ਹੋ। ਤੱਕੀ ਬੇਗ ਗੁੱਸੇ ਭਰਿਆ ਕਹਿੰਦਾ ਹਾਂ, ਤਾਰਾ ਸਿੰਘ ਵੰਧ ਰਿਹਾ, ਅੱਗੇ ਹੋ ਕੇ ਲੈ ਲਾ। ਸੋ ਇਸ ਤਰ੍ਹਾਂ ਦਾ ਦਰਨੈਲ ਸੀ ਇਹ ਸਰਦਾਰ ਤਾਰਾ ਸਿੰਘ ਵਾਂ। ਆਖਿਰ ਮੈਦਾਨੇ ਜੰਗ ਵਿੱਚ ਲੜਦੇ ਲੜਦੇ ਸਰਦਾਰ ਤਾਰਾ ਸਿੰਘ ਵਾਂ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ।
ਇਹ ਸਾਰੀ ਘਟਨਾ 30 ਮਾਰਚ 1726 ਦੀ ਸੀ। ਜਦੋਂ ਸਰਦਾਰ ਤਾਰਾ ਸਿੰਘ ਦੀ ਸ਼ਹਾਦਤ ਹੋਈ ਤਾਂ ਉਸ ਸਮੇਂ ਉਹਨਾਂ ਦੀ ਉਮਰ 24 ਸਾਲ ਦੀ ਸੀ। ਇਸ ਨੌਜਵਾਨ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਹੋਰ ਵੀ ਜੋਸ਼ ਭਰ ਦਿੱਤਾ। ਇਹਨਾਂ ਸਰਬੱਤ ਖਾਲਸਾ ਸਰਦਾਰ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਹੋਇਆ। 3 ਵੱਡੇ ਫੈਸਲੇ ਲਏ ਗਏ ਕਿ ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ, ਸਰਕਾਰੀ ਹਥਿਆਰ ਲੁੱਟੇ ਜਾਣਗੇ ਤੇ ਦੁਸ਼ਮਣ ਦੇ ਤਬੇਲੇ ਤੇ ਘੋੜੇ ਲੁੱਟੇ ਜਾਣਗੇ। ਜੇਕਰ ਤੁਹਾਨੂੰ ਯਾਦ ਹੋਵੇ ਤਾਂ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, 30 ਮਾਰਚ 1726 ਨੂੰ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਹੈ। ਪਰ ਸਿੱਖਾਂ ਵਿੱਚ ਅਜਿਹੀ ਕਿਹੜੀ ਕਰਾਮਾਤ, ਅਜਿਹੀ ਕਿਹੜੀ ਬਹਾਦਰੀ ਹੋਵੇਗੀ ਕਿ ਉਹੀ ਜ਼ਕਰੀਆ ਖਾਨ 1733 ਵਿੱਚ ਸਿੱਖਾਂ ਨੂੰ ਨਵਾਬੀ ਪੇਸ਼ ਕਰ ਰਿਹਾ ਹੈ। ਪਰ ਸਿੱਖਾਂ ਨੇ ਉਸ ਨਵਾਬੀ ਨੂੰ ਠੁਕਰਾ ਦਿੱਤਾ ਕਿ ਅਸੀਂ ਤੇਰੀ ਇਸ ਨਵਾਬੀ ਨਾਲ ਖੁਸ਼ ਹੋਣ ਵਾਲੇ ਨਹੀਂ ਹਾਂ। ਸਾਡੇ ਗੁਰੂ ਨੇ ਤਾਂ ਸਾਨੂੰ ਪਹਿਲਾਂ ਹੀ ਪਾਤਸ਼ਾਹ ਬਣਾਇਆ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਕੁਝ ਸ਼ਰਤਾਂ ਤੇ ਸਿੱਖਾਂ ਨੇ ਉਹ ਨਵਾਬੀ ਲੈ ਲਈ। ਉਹ ਨਵਾਬੀ ਦਿੱਤੀ ਗਈ ਜੋ ਘੋੜਿਆਂ ਦੀ ਲੁੱਡ ਸੁੱਟਣ ਦੀ ਸੇਵਾ ਕਰਦਾ ਸੀ, ਸਰਦਾਰ ਨਵਾਬ ਕਪੂਰ ਸਿੰਘ ਨੂੰ। ਇਹ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਤੋਂ ਬਾਅਦ ਸਭ ਤੋਂ ਵੱਡਾ ਮੋੜ ਸੀ ਜਦੋਂ ਸਿੱਖਾਂ ਕੋਲ ਨਵਾਬੀ ਆਈ, ਪਰ ਉਹਨਾਂ ਆਪਣੇ ਗੁਰੂ ਦੇ ਰੁਤਬੇ ਨੂੰ ਉੱਚਾ ਸਮਝਿਆ। ਸੋ ਇਹ ਸੀ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਦੀ ਵੀਡੀਓ। ਸੋ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ। ਜੇਕਰ ਵੀਡੀਓ ਚੰਗਾ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ।